31 ਜੁਲਾਈ 2024 ਤੱਕ ਇਲੀਗਲ ਕਲੋਨੀ ਦੇ ਵਿੱਚ 500 ਗਜ਼ ਤੱਕ ਦਾ ਪਲਾਟ ਲੈ ਵੀ ਲਿਆ, ਤੇ ਉਹ ਤੁਸੀਂ ਐਸਟੈਬਲਿਸ਼ ਤੁਹਾਨੂੰ ਕਰਨਾ ਪਏਗਾ, ਚਾਹੇ ਰਜਿਸਟਰਡ ਬਿਆਨਾ ਹੋਵੇ, ਰਜਿਸਟਰਡ ਪਾਵਰ ਆਫ ਅਟਾਰਨੀ ਹੋਵੇ, ਜਾਂ ਬੈਂਕ ਦੀ ਟ੍ਰਾਂਜੈਕਸ਼ਨ ਹੋਵੇ, ਇਹ ਐਸਟੈਬਲਿਸ਼ ਕਰਨ ਦੇ ਲਈ ਕਿ ਡੀਲ ਜੈਨੂਇਨ ਹੈ। ਉਹਨਾਂ ਲੋਕਾਂ ਨੂੰ ਬਿਨਾਂ NOC ਤੋਂ 2 ਨਵੰਬਰ ਤੱਕ ਰਜਿਸਟਰੀ ਕਰਾਉਣ ਦੀ ਪ੍ਰੋਵੀਜ਼ਨ ਦੇ ਦਿੱਤੀ ਗਈ ਹੈ। ਉਹ ਜਾ ਕੇ ਤਹਿਸੀਲਦਾਰ ਕੋਲ ਬਿਨਾਂ NOC ਦਾ ਆਪਦੀ ਰਜਿਸਟਰੀ ਕਰਾਉਣ। ਅਤੇ ਇਹ ਤਾਂ ਜਿਵੇਂ ਕਈ ਵਾਰੀ ਲੀਡਰ ਹਵਾਈ ਗੱਲ ਕਰ ਜਾਂਦੇ ਨੇ ਨਾ ਜੀ, ਪਰ ਉਹ ਮੂੰਹ ਸਿਰ ਉਹਦਾ ਕੋਈ ਹੁੰਦਾ ਨਹੀਂ ਹੈਗਾ। ਹੁਣ ਜਿੱਥੇ ਸਪੋਜ਼ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਕਰਕੇ ਜਾਂ ਉਹਨਾਂ ਦੀ ਅਣਗਹਿਲੀ ਅਣਦੇਖੀ ਕਰਕੇ ਜੇ ਉੱਥੇ ਇਹ ਕਲੋਨੀਆਂ ਵਸ ਵੀ ਗਈਆਂ, ਤਾਂ ਉਹ ਕਲੋਨਾਈਜ਼ਰ ਦਾ ਹੁਣ ਕੁਛ ਨਹੀਂ ਹੈਗਾ। ਉੱਥੇ ਲੱਖਾਂ ਲੋਕ ਰਹਿੰਦੇ ਨੇ, ਹੁਣ ਨਾਮ ਨਹੀਂ ਸੁਣੇਗਾ ਜਿੱਥੇ ਲੋਕ ਰਹਿ ਰਹੇ ਨੇ, ਪੁਸ਼ਤਾਂ ਤੋਂ ਰਹਿ ਰਹੇ ਨੇ, ਉਹਨਾਂ ਦੇ ਘਰ ਤਾਂ ਢਾਏ ਨਹੀਂ ਜਾ ਸਕਦੇ ਹੈਗੇ। ਸੋ ਉਹ ਤਾਂ ਰਹਿਣਗੇ ਉਵੇਂ ਹੀ। ਸਪੋਜ਼ ਇੱਕ ਕਲੋਨੀ ਕਿਸੇ ਨੇ ਬੰਦੇ ਨੇ ਕੱਟੀ, ਉਹ 'ਚ 100 ਇਲੀਗਲ ਪਲਾਟ ਹੈ, ਉਹ 40 ਜੇ ਉਹਦਾ ਵਿਕ ਚੁੱਕਿਆ, ਜਾਂ 40 ਪਲਾਟ ਉਹ ਸਮਝ ਲਓ 31-7 ਦੀ ਪ੍ਰੋਵੀਜ਼ਨ ਤੋਂ ਪਹਿਲਾਂ ਵਿਕ ਜਾਏਗਾ 2 ਨਵੰਬਰ ਤੱਕ, 60 ਜੇ ਉਹਦੇ ਕੋਲ ਪਏ ਰਹਿ ਗਏ ਤਾਂ ਉਹਦੇ ਕੋਲ ਹੀ ਪਏ ਰਹਿ ਜਾਣਗੇ, ਉਹ ਵੇਚ ਨਹੀਂ ਸਕੂਗਾ। ਡਿਪਾਰਟਮੈਂਟ ਹਾਊਸਿੰਗ ਡਿਪਾਰਟਮੈਂਟ ਹੈ ਔਰ ਲੋਕਲ ਗਵਰਨਮੈਂਟ ਡਿਪਾਰਟਮੈਂਟ ਹੈ, ਉਹਦੇ ਵਿੱਚ ਇਹ ਪ੍ਰੋਵੀਜ਼ਨਸ ਹੈਗੀਆਂ ਵੀ ਤੁਸੀਂ ਇਲੀਗਲ ਕਲੋਨਾਈਜੇਸ਼ਨ ਨੂੰ ਰੋਕਣ ਦੇ ਲਈ ਕੀ ਪ੍ਰੋਵੀਜ਼ਨਸ ਕਰਨੀਆਂ ਨੇ, ਕੀ ਐਕਸ਼ਨ ਲੈਣਾ, ਉਹਦੀ ਇੰਪਲੀਮੈਂਟੇਸ਼ਨ ਸਖਤੀ ਦੇ ਨਾਲ ਕਰਨੀ ਜ਼ਰੂਰੀ ਹੈ। ਜੇ ਉਹ ਹੋ ਜਾਂਦੀ ਹੈ, ਆਈ ਕੈਨ ਐਸ਼ੋਰ ਯੂ ਕਿ ਅੱਜ ਤੋਂ ਬਾਅਦ ਨਵੀਂ ਇੱਕ ਇਲੀਗਲ ਕਲੋਨੀ ਵੀ ਨਹੀਂ ਕੱਟ ਸਕਦੀ। ਦੇਖ ਲਓ D5 ਚੈਨਲ ਪੰਜਾਬੀ। ਅਮਨ ਅਰੋੜਾ ਬਹੁਤ ਹੀ ਸੂਝਵਾਨ ਇਨਸਾਨ ਨੇ, ਔਰ ਇਸ ਕਰਕੇ ਇਨਸਾਨ ਕਹਿ ਰਹੀ ਹੈ ਕਿਉਂਕਿ ਬਹੁਤ ਹੀ ਸ਼ਿੱਦਤ ਦੇ ਨਾਲ ਬੋਲਦੇ ਨੇ, ਸਭ ਜਾਣਦੇ ਨੇ ਕਿ ਕਿਸ ਤਰ੍ਹਾਂ ਦੇ ਹੈ ਸਰਕਾਰ ਦੇ ਵਿੱਚ, ਕਿਸ ਤਰੀਕੇ ਦੀ ਆਪਣੀ ਗੱਲਬਾਤ ਰੱਖਦੇ। ਅੱਜ ਉਹਨਾਂ ਨੇ ਖਾਸ ਕਰਕੇ ਵਿਧਾਨ ਸਭਾ ਦੇ ਪਟਲ 'ਤੇ ਜਿਹੜਾ ਖਾਸ ਬਿੱਲ ਅੱਜ ਲੈ ਕੇ ਆਇਆ ਗਿਆ ਸੀਗਾ ਅਨਔਥੋਰਾਈਜ਼ਡ ਕਲੋਨੀਜ਼ ਨੂੰ ਲੈ ਕੇ, ਉਹਨੂੰ ਲੈ ਕੇ ਆਪਣੀਆਂ ਤਕਰੀਰਾਂ ਜ਼ਰੂਰ ਦਿੱਤੀਆਂ ਕਿਉਂਕਿ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਚੁੱਕੇ ਸੀਗੇ। ਤੁਹਾਡੀਆਂ ਤਕਰੀਰਾਂ ਦੇ ਵਿੱਚ ਬਹੁਤ ਕਮਾਲ ਹੁੰਦਾ, ਔਰ ਤੁਸੀਂ ਖਾਸ ਕਰਕੇ ਜਦੋਂ ਲੜਾਈ ਝਗੜਾ ਜਿਹਾ ਚੱਲ ਰਿਹਾ ਹੁੰਦਾ, ਤੁਸੀਂ ਸੂਦ ਕਰ ਦਿੰਦੇ ਹੋ ਸਭ ਨੂੰ ਮਲਾਈ ਵਾਂਗ ਮੱਖਣ ਵਾਰ ਬਣਾ ਦਿੰਦੇ ਇੱਕ ਵਾਰੀ ਤਾਂ। ਅੱਜ ਜਿਹੜੀ ਤੁਸੀਂ ਦਲੀਲ ਦਿੱਤੀ ਹੈ ਉਹਦੇ ਵਿੱਚ ਕਾਫੀ ਸਵਾਲ ਸੀਗੇ ਵਿਰੋਧੀਆਂ ਦੇ ਆਪਣੇ ਤਰੀਕੇ ਦੇ ਨਾਲ, ਤੁਹਾਡੀ ਜਿਹੜੀ ਗੱਲ ਸੀਗੀ ਉਹਦੇ ਵਿੱਚ ਤਰਕ ਲੱਗਦਾ ਹੈਗਾ ਔਰ ਹੈ ਵੀ ਹੈ, ਡੈਫੀਨੇਟਲੀ ਸਰਕਾਰ 'ਚ ਬੈਠੇ ਹੋ ਤੁਸੀਂ, ਕਿਹੜੇ ਮੇਨ ਪੁਆਇੰਟ ਸੀਗੇ? ਕਿਉਂਕਿ ਕਿਹਾ ਕਿ 500 ਗਜ਼ ਤੋਂ ਜ਼ਿਆਦਾ ਹੋ ਜਾਏ ਤਾਂ ਕੀ ਬਣੇਗਾ, ਬਿੱਲੀ ਪਾਣੀ ਮਿਲੇਗਾ ਕਿ ਨਹੀਂ ਮਿਲੇਗਾ, ਇਹਦੇ ਕਲੈਰਿਟੀ ਕਰੋ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਸਾਹਮਣੇ ਤੋਂ ਆ ਰਹੀਆਂ ਸੀ ਤੁਹਾਡੇ ਵੱਲ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਕਮਲੇ ਰਮਲੇ ਜਿਹੇ ਬੰਦੇ ਨੂੰ ਤੁਸੀਂ ਸਿਆਣੇ ਦਾ ਸਰਟੀਫਿਕੇਟ ਦਿੱਤਾ, ਧੰਨਵਾਦ ਤੁਹਾਡਾ। ਸਿਆਣੇ ਸਿਉਣੇ ਕੋਈ ਨਹੀਂ ਹੈਗੇ ਜੀ, ਰੋਜ਼ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰੀ ਜਾ ਰਹੇ ਹਾਂ। ਸਟੂਡੈਂਟ ਬਣ ਕੇ ਰਹੋ, ਬੰਦਾ ਸੌਖਾ ਰਹਿੰਦਾ। ਜਿੱਥੇ ਤੱਕ ਅੱਜ ਦੇ ਇਸ ਅਮੈਂਡਮੈਂਟ ਦਾ ਬਿੱਲ ਦਾ ਸਵਾਲ ਹੈ, ਉਹਦੇ ਵਿੱਚ ਲੱਖਾਂ ਲੋਕਾਂ ਨੂੰ ਇਹਦੇ ਨਾਲ ਬੈਨੀਫਿਟ ਹੋਏਗਾ, ਕਿਉਂਕਿ ਜਦੋਂ ਉਹ ਆਪਣੇ ਪਲਾਟ ਦੀ ਰਜਿਸਟਰੀ ਕਰਾਉਣ ਜਾਂਦੇ ਸੀਗੇ ਤਹਿਸੀਲਦਾਰ ਕੋਲ ਉਹਨਾਂ ਕੋਲ NOC ਮੰਗਿਆ ਜਾਂਦਾ ਸੀਗਾ, ਔਰ NOC ਦੀ ਇਹ ਪ੍ਰੋਵੀਜ਼ਨ ਇਸ ਤਰੀਕੇ ਨਾਲ ਖਤਮ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਦੇ ਸਾਰੀ ਜ਼ਿੰਦਗੀ ਭਰ ਦੀ ਮਿਹਨਤ ਮੁਸ਼ੱਕਤ ਦੀ ਕਮਾਈ ਲਾ ਦਿੱਤੀ ਘਰ ਬਣਾਉਣ ਦੇ ਲਈ, ਅਤੇ ਉਹ ਇਲੀਗਲ ਕਲੋਨੀ ਦੇ ਵਿੱਚ ਪਲਾਟ ਲੈ ਕੇ ਫਸ ਗਏ, ਉਹਨਾਂ ਦੀ ਵਿਚਾਰਿਆਂ ਦੀ ਬੇਤਹਾਸ਼ਾ ਖੱਜਲ ਖੁਆਰੀ ਹੁੰਦੀ ਸੀਗੀ। ਸੋ ਇਹ ਪ੍ਰੋਵੀਜ਼ਨ ਉਹਨਾਂ ਲਈ ਕੀਤੀ ਗਈ ਹੈ ਕਿ ਜੇ ਤੁਸੀਂ 31 ਜੁਲਾਈ 2024 ਤੱਕ ਇਲੀਗਲ ਕਲੋਨੀ ਦੇ ਵਿੱਚ 500 ਗਜ਼ ਤੱਕ ਦਾ ਪਲਾਟ ਲੈ ਵੀ ਲਿਆ, ਤਾਂ ਉਹ ਤੁਸੀਂ ਐਸਟੈਬਲਿਸ਼ ਤੁਹਾਨੂੰ ਕਰਨਾ ਪਏਗਾ, ਚਾਹੇ ਰਜਿਸਟਰਡ ਬਿਆਨਾ ਹੋਵੇ, ਰਜਿਸਟਰਡ ਪਾਵਰ ਆਫ ਅਟਾਰਨੀ ਹੋਵੇ, ਜਾਂ ਬੈਂਕ ਦੀ ਟ੍ਰਾਂਜੈਕਸ਼ਨ ਹੋਵੇ, ਇਹ ਐਸਟੈਬਲਿਸ਼ ਕਰਨ ਦੇ ਲਈ ਕਿ ਡੀਲ ਜੈਨੂਇਨ ਹੈ। ਉਹਨਾਂ ਲੋਕਾਂ ਨੂੰ ਬਿਨਾਂ NOC ਤੋਂ 2 ਨਵੰਬਰ ਤੱਕ ਰਜਿਸਟਰੀ ਕਰਾਉਣ ਦੀ ਪ੍ਰੋਵੀਜ਼ਨ ਦੇ ਦਿੱਤੀ ਗਈ ਹੈ, ਉਹ ਜਾ ਕੇ ਤਹਿਸੀਲਦਾਰ ਕੋਲ ਬਿਨਾਂ NOC ਦਾ ਆਪਦੀ ਰਜਿਸਟਰੀ ਕਰਾਉਣ। ਲੱਖਾਂ ਲੋਕਾਂ ਨੂੰ ਇਹਦੇ ਨਾਲ ਬੈਨੀਫਿਟ ਹੋਏਗਾ। ਸੁਣਦੇ ਸੀ ਅਸੀਂ ਸੰਜੇ ਕਲੋਨੀ, ਧੱਕਾ ਕਲੋਨੀ, ਹੁਣ ਇਹ ਨਾਮ ਨਹੀਂ ਸੁਣੇ ਜਾਣ ਕਰਨਗੇ, ਧੱਕਾ ਕਲੋਨੀ, ਸੰਜੇ ਕਲੋਨੀ, ਕਿਉਂਕਿ ਉਹ ਖਾਸ ਤੌਰ 'ਤੇ
ਇੱਦਾਂ ਦੀਆਂ ਅਨਔਥਰਾਈਜ਼ਡ ਜਿਹੀਆਂ ਕਾਲੋਨੀ ਸੀ ਜਿੱਥੇ ਰਜਿਸਟਰੀਆਂ ਨਹੀਂ ਸੀ ਹੁੰਦੀਆਂ ਹੁੰਦੀਆਂ, ਲੋਕ ਤਕਲੀਫ 'ਚ ਸੀਗੇ। ਨਹੀਂ ਮੈਡਮ ਦੇਖੋ, ਇਸ ਤਰ੍ਹਾਂ ਹੁੰਦਾ ਕਿ ਇਹ ਨਾਮ ਨਹੀਂ ਸੁਣੇ ਜਾਣਗੇ, ਇਹ ਜੇ ਮੈਂ ਕਹੂੰਗਾ ਤਾਂ ਇਹ ਤਾਂ ਜਿਵੇਂ ਕਈ ਵਾਰੀ ਲੀਡਰ ਹਵਾਈ ਗੱਲ ਕਰ ਜਾਂਦੇ ਨੇ ਨਾ ਜੀ, ਪਰ ਉਹ ਮੂੰਹ ਸਿਰ ਉਹਦਾ ਕੋਈ ਹੁੰਦਾ ਨਹੀਂ ਹੈਗਾ। ਹੁਣ ਜਿੱਥੇ ਸਪੋਜ਼ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਕਰਕੇ ਜਾਂ ਉਹਨਾਂ ਦੀ ਅਣਗਹਿਲੀ ਅਣਦੇਖੀ ਕਰਕੇ ਜੇ ਉੱਥੇ ਇਹ ਕਾਲੋਨੀਆਂ ਵਸ ਵੀ ਗਈਆਂ ਤਾਂ ਉਹ ਕਾਲੋਨਾਈਜ਼ਰ ਦਾ ਹੁਣ ਕੁਛ ਨਹੀਂ ਹੈਗਾ, ਉੱਥੇ ਲੱਖਾਂ ਲੋਕ ਰਹਿੰਦੇ ਨੇ। ਹੁਣ ਨਾਮ ਨਹੀਂ ਸੁਣੇਗਾ, ਜਿੱਥੇ ਲੋਕ ਰਹਿ ਰਹੇ ਨੇ, ਪੁਸ਼ਤਾਂ ਤੋਂ ਰਹਿ ਰਹੇ ਨੇ, ਉਹਨਾਂ ਦੇ ਘਰ ਤਾਂ ਢਾਏ ਨਹੀਂ ਜਾ ਸਕਦੇ ਹੈਗੇ, ਸੋ ਉਹ ਤਾਂ ਰਹਿਣਗੇ ਉਵੇਂ ਹੀ। ਪਰ ਅੱਗੇ ਨੂੰ ਇਲੀਗਲ ਕਾਲੋਨੀਆਂ ਨਾ ਕੱਟਣ ਅਤੇ ਆਮ ਵਿਅਕਤੀ, ਛੋਟਾ ਅਤੇ ਮੱਧ ਵਰਗ ਦਾ ਵਿਅਕਤੀ ਹੈ ਜਿਹੜਾ, ਉਹ ਇਲੀਗਲ ਕਾਲੋਨਾਈਜ਼ਰ ਦੇ ਝਾਂਸੇ ਦੇ ਵਿੱਚ ਨਾ ਫਸੇ, ਉਹਦੇ ਵਾਸਤੇ ਪ੍ਰੋਵੀਜ਼ਨ ਹੈ ਜਿਹੜੀ ਲਿਆਂਦੀ ਗਈ ਹੈ। ਇੰਨਾ ਗਰੰਟੀ ਕਰਦਾ ਕਿ ਇੱਕ ਵਾਰ ਉਹਨਾਂ ਲੋਕਾਂ ਨੂੰ ਜਿਹੜੇ ਇੰਡੀਵਿਜੁਅਲ ਪਲਾਟ ਹੋਲਡਰ ਨੇ ਉਹਨਾਂ ਨੂੰ ਬੈਨੀਫਿਟ ਹੋਏਗਾ, ਔਰ ਇੰਡੀਵਿਜੁਅਲ ਜਿਹੜੇ ਕਾਲੋਨਾਈਜ਼ਰ ਨੇ, ਇਲੀਗਲ ਕਾਲੋਨਾਈਜ਼ੇਸ਼ਨ ਕਰਦੇ ਨੇ, ਉਹਨਾਂ ਨੂੰ ਉਹਨਾਂ ਲਈ ਬਹੁਤ ਵੱਡਾ ਡਿਟਰੈਂਟ ਹੈ ਇਸ ਪਾਲਿਸੀ ਦੇ ਵਿੱਚ। ਉਹ ਕਿਵੇਂ? ਨੰਬਰ ਇੱਕ, ਸਪੋਜ਼ ਇੱਕ ਕਾਲੋਨੀ ਕਿਸੇ ਨੇ ਬੰਦੇ ਨੇ ਕੱਟੀ, ਉਹ 'ਚ 100 ਇਲੀਗਲ ਪਲਾਟ ਹੈ, ਉਹ 40 ਜੇ ਉਹਦਾ ਵਿਕ ਚੁੱਕਿਆ ਜਾਂ 40 ਪਲਾਟ ਉਹ ਸਮਝ ਲਓ 31-7 ਦੀ ਪ੍ਰੋਵੀਜ਼ਨ ਤੋਂ ਪਹਿਲਾਂ ਵਿਕ ਜਾਏਗਾ 2 ਨਵੰਬਰ ਤੱਕ, 60 ਜੇ ਉਹਦੇ ਕੋਲ ਪਏ ਰਹਿ ਗਏ ਤਾਂ ਉਹਦੇ ਕੋਲ ਹੀ ਪਏ ਰਹਿ ਜਾਣਗੇ, ਉਹ ਵੇਚ ਨਹੀਂ ਸਕੂਗਾ। ਜਦੋਂ ਉਹਦੇ ਕੋਲ ਵੇਚ ਨਹੀਂ ਸਕੂਗਾ ਤਾਂ ਉਹ ਅਗਲੀ ਕਾਲੋਨੀ ਕਿਵੇਂ ਕੱਟੂਗਾ? ਨੰਬਰ ਇੱਕ। ਨੰਬਰ 2 ਦੇ ਉੱਪਰ ਜਿਹੜੀਆਂ ਸਜ਼ਾ ਦੀ ਪ੍ਰੋਵੀਜ਼ਨ ਸੀਗੀ ਉਹ ਪਹਿਲਾਂ ਸੀਗੀ, ਪਹਿਲਾਂ ਵਾਲੀ ਪਾਲਿਸੀ ਦੇ ਵਿੱਚ ਇਲੀਗਲ ਕਾਲੋਨੀ ਕੱਟਣ ਦੀਆਂ ਉਹ ਸੀ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਅਤੇ 2 ਤੋਂ 5 ਸਾਲ ਤੱਕ ਦੀ ਸਜ਼ਾ। ਹੁਣ ਉਹ ਅਸੀਂ ਵਧਾ ਕੇ 5 ਤੋਂ 10 ਸਾਲ ਤੱਕ ਦੀ ਸਜ਼ਾ ਕਰਤੀ ਅਤੇ ਜਿਹੜਾ ਜੁਰਮਾਨਾ ਉਹ 25 ਲੱਖ ਤੋਂ ਵਧਾ ਕੇ ਉਹ 5 ਕਰੋੜ ਕਰ ਦਿੱਤਾ, ਆਪਣੇ ਉਠਲ ਪੈਜੂਗੀ। ਬਾਜਵਾ ਜੀ ਕਹਿੰਦੇ ਜੀ ਹਰ ਸਰਕਾਰ ਆਉਂਦੀ ਹੈ ਇਲੀਗਲ ਕਾਲੋਨੀਆਂ ਉਵੇਂ ਕੱਟੀ ਜਾਂਦੀਆਂ ਜਾਂ ਅਨਔਥਰਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਉਹ ਜਾਂਦੇ ਜਾਂਦੇ ਕਿਤੇ ਨਾ ਕਿਤੇ ਵਿੱਚ ਜਿਹੜੀਆਂ ਲੀਗਲਾਈਜ਼ ਕਰ ਜਾਂਦੇ ਹੈ, ਔਥਰਾਈਜ਼ਡ ਕਰ ਜਾਂਦੇ ਹੈ, ਅਤੇ ਇਹ ਕੋਈ ਨਵੀਂ ਗੱਲ ਤੁਸੀਂ ਕੀਤੀ ਕੀ ਹੈ? ਦੱਸੋ, ਤੁਸੀਂ ਬੜੇ ਪਿਆਰ ਨਾਲ ਜਵਾਬ ਦਿੰਦੇ ਰਹੇ, ਜਦਕਿ ਉਹਦੇ 'ਤੇ ਲੜਾਈ ਝਗੜਾ ਇੰਨਾ ਹੋ ਗਿਆ, ਪਰ ਤੁਸੀਂ, ਮੈਂ ਇਹ ਵੀ ਹੈਰਾਨ ਹੁੰਦੀ ਹਾਂ ਵਿੱਚੇ ਸਵਾਲ ਮੇਰਾ ਵੀ, ਤੁਸੀਂ ਇੰਨੇ ਹੰਬਲ ਕਿਵੇਂ ਬਣੇ ਰਹਿੰਦੇ ਹੋ? ਦੇਖੋ, ਬੇਨਤੀ ਇਹ ਹੈ ਜੀ ਕਿ ਬਾਜਵਾ ਸਾਹਿਬ ਇੰਨੇ ਸਿਆਣੇ ਨੇ, ਸੋਝੇ ਨੇ, MLA ਮੰਤਰੀ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਦੇ ਸੁਣਦੇ ਆਉਂਦੇ ਹਾਂ ਵੀ ਹੁਣ MLA ਨੇ, ਹੁਣ ਮੰਤਰੀ ਨੇ, ਹੁਣ ਰਾਜ ਸਭਾ ਦੇ MP ਨੇ, ਹੁਣ ਲੋਕ ਸਭਾ ਦੇ MP ਨੇ, ਪਰ ਉਹ ਵਿਚਾਰੇ 2 ਘੰਟੇ ਦੀ ਅਸੀਂ ਬ੍ਰੇਕ ਵੀ ਦੇਤੀ, ਲੰਚ ਬ੍ਰੇਕ ਵੀ, ਭਾਈ ਪੜ੍ਹ ਲਓ। ਉਹਨਾਂ ਨੂੰ ਪੜ੍ਹ ਕੇ ਇਹ ਨਹੀਂ ਸਮਝ ਆਇਆ ਵੀ ਇਹ 1 ਟਾਈਮ ਪਾਲਿਸੀ ਹੈ ਜਿਹੜੀ ਐਡਵਾਂਟੇਜ ਦੀ, ਇਹ ਇਲੀਗਲ ਕਾਲੋਨਾਈਜ਼ਰਸ ਨੂੰ ਹੈ ਕਿ ਇੰਡੀਵਿਜੁਅਲ ਪਲਾਟ ਹੋਲਡਰ ਨੂੰ ਹੈ? ਉਹ ਇਲੀਗਲ ਕਾਲੋਨੀ 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 ਕਰੀ ਗਏ, ਜਦਕਿ ਹੈ ਬੈਨੀਫਿਟ ਹੈ ਇੰਡੀਵਿਜੁਅਲ ਪਲਾਟ ਹੋਲਡਰ ਨੂੰ। ਸੋ ਇਸ ਕਰਕੇ ਉਹਨਾਂ ਨੂੰ ਮੈਂ ਕਹੂੰਗਾ ਕਿ ਬਹੁਤ ਸਿਆਣੇ ਸੁਣੋ, ਜਿਉਂ ਪਲੀਜ਼ ਮਾੜਾ ਮੋਟਾ ਕਿਰਪਾ ਕਰਕੇ ਪੜ੍ਹ ਕੇ ਆਇਆ ਕਰੋ, ਤਾਂ ਹੀ ਗੱਲ ਬਣਦੀ ਆ। ਫਿਰ ਵੀ ਹੁਣ ਰੁਕ ਜਾਏਗਾ ਤੁਹਾਨੂੰ ਲੱਗਦਾ ਇਸ ਦੇ ਆਉਣ ਨਾਲ? ਸਜ਼ਾ ਬਹੁਤ ਜ਼ਿਆਦਾ ਵੱਡੀ ਕਰਤੀ ਤੁਸੀਂ, ਜੁਰਮਾਨਾ ਬਹੁਤ ਲੰਬਾ ਚੌੜਾ ਕਰਤਾ, ਪਰ ਫਿਰ ਵੀ ਕਹਿੰਦੇ ਨਾ ਕਿ ਚੋਰ ਮੋਰੀ ਕੱਢ ਹੀ ਲੈਂਦੇ ਜਿਨ੍ਹਾਂ ਨੇ ਕੋਈ ਪੁੱਠੇ ਸਿੱਧੇ ਕੰਮ ਕਰਨੇ ਹੋਣ। ਕਿਸ ਤਰੀਕੇ ਦੇ ਨਾਲ ਨਿਗਾਹ ਰੱਖਿਆ ਜਾਏਗਾ ਇਹਨੂੰ, ਪ੍ਰੋਪਰਲੀ ਕਿਵੇਂ ਇਹਨੂੰ ਬਾਕਾਇਦਾ ਬਣਾਇਆ ਜਾਏਗਾ, ਫਿਕਸ ਕੀਤਾ ਜਾਏਗਾ ਇਹਨੂੰ? ਕਿ ਜਿਹੜੀ ਆਪਾਂ ਹੁਣ ਤਾਂ ਗੱਲ ਕੀਤੀ ਉਹ ਲੈਜਿਸਲੇਸ਼ਨ ਦੀ ਕੀਤੀ ਹੈ, ਲੈਜਿਸਲੇਟ ਅਸੀਂ ਕਰ ਦਿੱਤਾ, ਐਗਜ਼ੀਕਿਊਸ਼ਨ ਦਾ ਪਾਰਟ ਹੈ ਜਿਹੜਾ ਉਹ ਪਰਟੀਕੂਲਰ ਡਿਪਾਰਟਮੈਂਟਸ ਹੈ, ਡਿਪਾਰਟਮੈਂਟ ਹਾਊਸਿੰਗ ਡਿਪਾਰਟਮੈਂਟ ਹੈ ਔਰ ਲੋਕਲ ਗਵਰਨਮੈਂਟ ਡਿਪਾਰਟਮੈਂਟ ਹੈ। ਉਹਦੇ ਵਿੱਚ ਇਹ ਪ੍ਰੋਵੀਜ਼ਨਸ ਹੈਗੀਆਂ ਵੀ ਤੁਸੀਂ ਇਲੀਗਲ ਕਾਲੋਨਾਈਜੇਸ਼ਨ ਨੂੰ ਰੋਕਣ ਦੇ ਲਈ ਕੀ ਪ੍ਰੋਵੀਜ਼ਨਸ ਕਰਨੀਆਂ ਨੇ, ਕੀ ਐਕਸ਼ਨ ਲੈਣਾ, ਉਹਦੀ ਇੰਪਲੀਮੈਂਟੇਸ਼ਨ ਸਖਤੀ ਦੇ ਨਾਲ ਕਰਨੀ ਜ਼ਰੂਰੀ ਹੈ। ਜੇ ਉਹ ਹੋ ਜਾਂਦੀ ਹੈ, ਆਈ ਕੈਨ ਐਸ਼ੋਰ ਯੂ ਕਿ ਅੱਜ ਤੋਂ ਬਾਅਦ ਨਵੀਂ ਇੱਕ ਇਲੀਗਲ ਕਾਲੋਨੀ ਵੀ ਨਹੀਂ ਕੱਟ ਸਕਦੀ। ਇਹ ਸਾਡੇ ਨਾਲ ਅਮਨ ਅਰੋੜਾ ਸੀਗੇ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ, ਔਰ ਉਹਨਾਂ ਨੇ ਬੜੇ ਹੀ ਬਾਕਾਇਦਾ, ਬੜੇ ਸਾਫ ਗੋਈ ਦੇ ਨਾਲ ਗੱਲ ਕੀਤੀ, ਬਹੁਤ ਹੀ ਹੰਬਲ ਜਿਹੇ ਇਨਸਾਨ ਨੇ, ਇੱਕ ਲੀਡਰ ਨੇ, ਔਰ ਬੜੀ ਸੁਲਝੀ ਜਿਹੀ ਗੱਲ ਕਰਦੇ ਹੈ, ਤੰਦਾਂ ਨੂੰ ਖੋਲ੍ਹਦੇ ਹੈ। ਇੱਕ ਵਾਰੀ ਉਹਨਾਂ ਨੇ ਆਪਣੀ ਗੱਲ ਰੱਖਤੀ, ਕਹਿੰਦੇ ਕਿ ਲੈਜਿਸਲੇਸ਼ਨ ਮੀਨਸ ਕਿ ਸਦਨ ਦੇ ਵਿੱਚ ਇਹ ਪ੍ਰੋਪਰਲੀ ਲੈ ਕੇ ਆਇਆ ਗਿਆ, ਜਿਹੜਾ ਪਹਿਲੇ ਐਕਟ ਸੀ ਉਹਦੇ ਵਿੱਚ ਪ੍ਰੋਪਰ ਤਰੀਕੇ ਦੀ ਅਮੈਂਡਮੈਂਟਸ ਕੀਤੀਆਂ ਗਈਆਂ ਨੇ। ਔਰ ਇੱਕ ਗੱਲ ਬਹੁਤ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਕਾਲੋਨਾਈਜ਼ਰ ਜਿਹੜਾ ਉਹ ਤਾਂ ਲਾ ਕੇ ਪੈਸੇ ਕੱਟ ਕੇ ਕਲੋਨੀ ਭੱਜ ਗਿਆ, ਪਰ ਹੁਣ ਜਿਹੜੀ ਅਗਲੀ ਗੱਲ ਇਹ ਹੈਗੀ ਹੈ ਕਿ ਹੁਣ ਜਿਹੜਾ ਆ ਬਿੱਲ 'ਚ ਸੋਧ ਕੀਤੀ ਗਈ ਹੈ ਉਸ ਦੇ ਨਾਲ ਇੰਡੀਵਿਜੁਅਲ ਨੂੰ
ਜਿਹੜਾ ਹੁਣ ਘਰ ਦੇ ਵਿੱਚ ਉਹਨੂੰ ਕਬਜ਼ਾ ਜਿਹਨੂੰ ਕਹਿ ਰਿਹਾ ਵੀ ਕਬਜ਼ਾ ਲੈ ਕੇ ਉੱਥੇ ਰਹਿ ਰਿਹਾ, ਹੁਣ ਉਹ ਲੀਗਲਾਈਜ਼ ਹੋ ਜਾਏਗਾ, ਉਹਦਾ ਘਰ ਕਬਜ਼ੇ ਹੀ ਜਿਹਾ ਘਰ ਨਹੀਂ ਹੋਏਗਾ, ਉਹ ਪੂਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਆਰਥਰਾਈਜ਼ ਹੋ ਜਾਏਗਾ, ਉਹਦੀ ਰਜਿਸਟਰੀ ਹੋਏਗੀ, NOC ਦੀ ਲੋੜ ਨਹੀਂ ਪਏਗੀ 500 ਗਜ਼ ਤੱਕ। ਔਰ ਜੇ ਉਹਦੇ ਬਾਅਦ ਦੀ ਵੀ ਪ੍ਰੋਵੀਜ਼ਨਸ ਦੀ ਗੱਲ ਕੀਤੀ ਜਾਏ, ਹਰ ਇੱਕ ਕਲੋਜ਼ ਕਹਿੰਦੇ ਉਹ ਬਿਲਕੁਲ ਕਲੀਅਰ ਹੈਗਾ ਔਰ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ। ਪਰ ਇੱਕ ਸ਼ਰਤ ਇਹਦੀ ਮੇਨ ਜਿਹੜੀ ਹੈ ਹੈਗੀ ਹੈ ਕਿ ਤੁਹਾਡੀ ਟ੍ਰਾਂਜੈਕਸ਼ਨ ਜਿਹੜੀ ਹੈ, ਖਾਸ ਕਰਕੇ ਜਦੋਂ ਤੁਸੀਂ ਉਹ ਪਲੋਟ ਲਿਆ ਸੀ, ਚਾਹੇ ਬੈਂਕ ਵਿੱਚ ਹੋਈ ਹੋਵੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੈਸ਼ ਹੋਇਆ ਹੋਵੇ, ਕੁਛ ਵੀ ਹੋਇਆ ਹੋਵੇ, ਜਿਹੜੀ ਟ੍ਰਾਂਜੈਕਸ਼ਨ ਜਦੋਂ ਖਰੀਦੋ ਫਰੋਖਤ ਕੀਤੀ ਗਈ, ਡੈਫੀਨੇਟਲੀ ਚਾਹੇ ਉਹ ਅਨਔਥਰਾਈਜ਼ ਸੀਗੀ, ਚਾਹੇ ਤੁਹਾਨੂੰ ਕੋਈ ਪ੍ਰੋਪਰਟੀ ਡੀਲਰ ਜਾਂ ਕੋਈ ਰੀਅਲ ਇਸਟੇਟ ਵਾਲਾ ਕੱਟ ਕੇ ਕਾਲੋਨੀ ਦੇ ਗਿਆ, ਪਰ ਉਹਨੇ ਕੋਈ ਟ੍ਰਾਂਜੈਕਸ਼ਨ ਪੈਸੇ ਦੀ ਲੈਣ ਦੇਣ ਹੋਇਆ ਹੋਵੇਗਾ, ਉਹ ਜਾਇਜ਼ ਹੋਣਾ ਚਾਹੀਦਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੈਂਕ 'ਚ ਹੋਇਆ ਹੋਵੇ ਜਾਂ ਫਿਰ ਕਿਸੇ ਤਰੀਕੇ ਦੇ ਸਟਾਮ ਪੇਪਰ 'ਤੇ ਹੋਇਆ ਹੋਵੇ, ਕਿੱਦਾਂ ਵੀ ਹੋਇਆ, ਜੇ ਉਹ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਲੀਗਲ ਹੋ ਸਕਦੇ ਹੋ, ਘਰ ਹਮੇਸ਼ਾ ਲਈ ਤੁਹਾਡਾ ਹੋ ਸਕਦਾ। ਕਿਉਂਕਿ ਕਹਿੰਦੇ ਲੋਕਾਂ ਦਾ ਵੀ ਇਹਦੇ ਵਿੱਚ ਕਸੂਰ ਨਹੀਂ ਹੈ, ਕਿਸੇ ਕੋਲ ਕਿੰਨਾ ਕੁ ਪੈਸਾ ਹੈ, ਕਿੰਨਾ ਕੁ ਕੋਈ 100 ਕੋਈ 50 ਗਜ਼ ਕੋਈ 200 ਗਜ਼ ਜਿਹੜਾ ਹੈ ਉਹਨੇ ਆਪਣੀ ਇੱਥੇ ਲੈ ਲਈ ਔਰ ਉਹਨੂੰ ਸਸਤੇ ਮਹਿੰਗੇ ਕਿਸੇ ਤਰੀਕੇ ਦੇ ਨਾਲ ਕਨਵਿੰਸ ਕਰਨ 'ਚ ਜਿਹੜਾ ਉਹ ਪ੍ਰੋਪਰਟੀ ਵੇਚਣ ਵਾਲਾ ਬੰਦਾ ਸੀਗਾ ਜਾਂ ਉਹ ਕੋਲੋਨਾਈਜ਼ਰ ਜਿਹੜਾ ਸੀਗਾ ਜਾਂ ਉਹ ਜਿਹਨੇ ਕੋਲੋਨੀ ਕੱਟੀ ਹੈ ਉਹ ਸੀਗਾ, ਉਹ ਕਨਵਿੰਸ ਹੋ ਗਿਆ, ਪਰ ਉਹਨਾਂ ਨੇ ਤਾਂ ਆਪਣੀ 9-10 ਦੀ ਕਮਾਈ ਆ ਜਿਹੜੀ ਉਹਨਾਂ ਨੇ ਜਮ੍ਹਾਂ ਪੂੰਜੀ ਇੱਕ ਘਰ ਇੱਕ ਆਸ਼ਿਆਨਾ ਬਣਾਉਣ ਵਾਸਤੇ ਕੀਤੀ ਸੀ ਉਹਨਾਂ ਨੇ ਲਾ ਦਿੱਤੀ ਹੈ। ਪਰ ਹੁਣ ਸਾਰੀ ਉਮਰ ਹੀ ਉਹ ਕਬਜ਼ੇ, ਉਹਨਾਂ ਨੂੰ ਕਿਹਾ ਜਾਏ ਕਿ ਕਬਜ਼ੇ ਦੇ ਘਰ 'ਚ ਤੁਸੀਂ ਰਹਿ ਰਹੇ ਹੋ, ਕਬਜ਼ੇ ਦੀ ਲੈਂਡ 'ਤੇ ਤੁਸੀਂ ਬੈਠੇ ਹੋ, ਉਸ ਚੀਜ਼ ਦੇ ਪ੍ਰੋਵੀਜ਼ਨ ਨੂੰ ਦੇਖਦੇ ਹੋਏ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਸੋਧ ਕੀਤਾ ਗਿਆ ਪੁਰਾਣੇ ਐਕਟ ਦੇ ਵਿੱਚ, ਔਰ ਹੁਣ ਨਵੀਂ ਤਕਰੀਰ ਦੇ ਵਿੱਚ ਉਹ ਆਪਣੇ ਘਰ ਦੇ ਖੁਦ ਮਾਲਕ ਹੋਣਗੇ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।